ਲੰਗਰ ਇਹ ਸ਼ਬਦ ਇੱਕ ਗੁਰਦੁਆਰੇ ਵਿੱਚ ਭਾਈਚਾਰੇ ਦੀ ਰਸੋਈ ਤੇ ਸਿੱਖ ਧਰਮ ਵਿੱਚ ਵਰਤਿਆ ਜਾਂਦਾ ਹੈ, ਜਿੱਥੇ ਧਰਮ, ਜਾਤ, ਲਿੰਗ ਅਤੇ ਆਰਥਿਕ ਰੁਤਬਾ ਜਾਂ ਨਸਲੀ ਭੇਦਭਾਵ ਤੋਂ ਬਿਨਾਂ ਸਾਰੀਆਂ ਸੰਗਤਾਂ ਫਰਸ਼ ਤੇ ਬੈਠ ਕੇ ਲੰਗਰ ਛਕਦੀਆਂ ਨੇ। ਤੇ ਅੱਜ ਅਸੀਂ ਤੁਹਾਨੂੰ ਖੰਨਾ ਨੇੜਲੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾ ਦੀ ਇੱਕ ਅਜਿਹੀ ਵੀਡੀਓ ਦਿਖਾਵਾਂਗੇ ਜਿਸ ਵਿੱਚ ਵੱਡੇ ਸਿਆਸਤਦਾਨਾਂ ਵੱਲੋਂ ਗੁਰਮਰਿਆਦਾ ਦੀ ਸਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਇੱਕ ਪਾਸੇ ਤਾਂ ਸੰਗਤ ਨੂੰ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਸੋਫਿਆਂ ਤੇ ਬੈਠ ਕੇ ਚਾਹ ਪਕੌੜਿਆਂ ਦਾ ਲੰਗਰ ਛਕ ਰਹੇ ਨੇ। ਭਲਾ ਇਹ ਕਿਹੋ ਜਿਹਾ ਲੰਗਰ ਹੈ ਜਿੱਥੇ ਵੱਡੇ ਸਿਆਸਤਦਾਨ ਪੰਗਤ ਨੂੰ ਛੱਡ ਸੋਫਿਆਂ ਤੇ ਬੈਠ ਲੰਗਰ ਪ੍ਰਵਾਨ ਕਰ ਰਹੇ ਨੇ? ਇਹਨੇ ਲੰਗਰ ਛਕੋ ਤੁਸੀਂ, ਲੰਗਰ ਅਸੀਂ ਵੀ ਉੱਥੇ ਹੀ ਛਕਣਾ, ਠੰਡਾ ਸਾਨੂੰ ਪਤਾ ਧਰਮਜੀਤ ਸਿੰਘ ਜਲਵੇੜਾ ਦਾ ਇਸ ਪੂਰੇ ਮਾਮਲੇ ਤੇ। ਮੰਜੀ ਸਾਹਿਬ ਜੋ ਕਿ ਖੰਨਾ ਦੇ ਨੇੜੇ ਸਥਿਤ ਹੈ, ਉੱਥੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਅਤੇ ਉਹਨਾਂ ਦੇ ਸਾਥੀ ਕੁਰਸੀਆਂ ਤੇ ਬੈਠ ਕੇ ਚਾਹ ਪਕੌੜਿਆਂ ਦਾ ਲੰਗਰ ਛਕ ਰਹੇ ਨੇ। ਵੱਡੀ ਗੱਲ ਇਹ ਹੈ, ਗੁਰੂ ਸਾਹਿਬ ਦੀ ਇੱਕ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸਿੱਖ ਕੌਮ ਨੂੰ ਪੰਗਤ ਦਾ, ਪੰਗਤ ਤਾਂ ਵੱਡੀ ਦੂਰ ਦੀ ਗੱਲ ਹੈ, ਫਰਕ ਹੋ ਰਿਹਾ ਹੈ। ਇੱਕ ਪਾਸੇ ਸਾਦਾ ਲੰਗਰ ਸੰਗਤ ਨੂੰ ਥੱਲੇ ਬੈਠ ਕੇ ਛਕਾਇਆ ਜਾ ਰਿਹਾ, ਦੂਜੇ ਪਾਸੇ ਚਾਹ ਦੇ ਪਕੌੜਿਆਂ ਨਾਲ ਕੁਛ ਉੱਥੇ ਦੇ ਸਿਆਸੀ ਲੀਡਰ ਅਤੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਸਾਫ਼ ਦਿਖ ਰਿਹਾ ਹੈ ਵੀ ਉਹ ਛਕ ਰਹੇ ਨੇ ਕੁਰਸੀਆਂ ਤੇ ਬੈਠ ਕੇ, ਜਿਹੜੇ ਕਿ ਪੰਗਤ ਦੇ ਸਿਧਾਂਤ ਦੀ ਇੱਕ ਤੋਹੀਨ ਹੈ। ਮੈਨੂੰ ਲੱਗਦਾ ਵੀ ਇਸ ਤੋਂ ਵੱਡਾ ਸਿੱਖ ਧਰਮ ਦਾ ਜਿਹੜਾ ਸਿਧਾਂਤ ਹੈ ਇਹਦਾ ਜੋ ਘੋਰ ਉਲੰਘਣਾ ਹੈ ਹੋਰ ਨਹੀਂ ਹੋ ਸਕਦੀ। ਮੈਂ ਦੱਸਣਾ ਚਾਹੁੰਦਾ ਵੀ 1998 ਦੇ ਵਿੱਚ ਭਾਈ ਰਣਜੀਤ ਸਿੰਘ ਜੀ ਜਿਹੜੇ ਕਿ ਉਸ ਸਮੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਵੀ ਕੋਈ ਵੀ ਸਿੱਖ ਕੁਰਸੀ ਤੇ ਬੈਠ ਕੇ ਲੰਗਰ ਨਾ ਛਕੇ, ਜਿਸ ਦੀ ਆਵਾਜ਼ ਦੇਸ਼ਾਂ ਵਿਦੇਸ਼ਾਂ 'ਚ ਗਈ ਅਤੇ ਸੰਗਤ ਨੇ ਇਸ ਗੱਲ ਨੂੰ ਮੰਨਿਆ, ਲੇਕਿਨ ਅੱਜ ਵੀ ਉਹੀ ਕੁਛ ਇੱਥੇ ਰੁਝਾਨ ਜਾਰੀ ਹੈ। ਮੈਂ ਇਸ ਚੈਨਲ ਦੇ ਜ਼ਰੀਏ, ਇਸ ਵੀਡੀਓ ਦੇ ਜ਼ਰੀਏ, ਇਸ ਆਵਾਜ਼ ਆਪਣੀ ਆਵਾਜ਼ ਦੇ ਰਾਹੀਂ ਪ੍ਰਧਾਨ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹਨਾਂ 'ਤੇ ਕਾਰਵਾਈ ਕਰੋ। ਜੇ ਇਹਨਾਂ 'ਤੇ ਤੁਸੀਂ ਕਾਰਵਾਈ ਨਹੀਂ ਕਰਦੇ, ਕੱਲ੍ਹ ਨੂੰ ਇਹ ਕਿਤੇ ਹੋਰ ਵੀ ਦੁਹਰਾਇਆ ਜਾ ਸਕਦਾ ਹੈ ਅਤੇ ਸਿੱਖ ਸੰਗਤ ਦਾ ਜਿਹੜਾ ਰੋਸ ਅਗਰ ਸੜਕਾਂ 'ਤੇ ਆਊਗਾ, ਇਹਨੇ ਸੰਗਤ ਉਹਨਾਂ ਨੂੰ ਨਾਲ ਲੈ ਕੇ ਅਸੀਂ ਉੱਥੇ ਰੋਸ ਪ੍ਰਦਰਸ਼ਨ ਕਰਾਂਗੇ, ਧਰਨਾ ਦੇਵਾਂਗੇ, ਸ਼੍ਰੀ ਅਕਾਲ ਤਖਤ ਸਾਹਿਬ ਤੱਕ ਵੀ ਜਾਵਾਂਗੇ, ਜਥੇਦਾਰ ਸਾਹਿਬ ਨੂੰ ਮਿਲਾਂਗੇ। ਪ੍ਰਧਾਨ ਸਾਹਿਬ ਨੂੰ ਮੇਰੀ ਫਿਰ ਬੇਨਤੀ ਹੈ ਵੀ ਤੁਸੀਂ ਇਸ ਚੀਜ਼ ਦਾ ਛੇਤੀ ਤੋਂ ਛੇਤੀ ਨੋਟਿਸ ਲੈ ਕੇ ਉਹਨਾਂ ਬੰਦਿਆਂ ਨੂੰ ਜਿਹੜੇ ਸਾਫ਼ ਦਿਖ ਰਹੇ ਨੇ ਕੁਰਸੀਆਂ 'ਤੇ ਬੈਠੇ ਚਾਹ ਪਕੌੜੇ ਦਾ ਲੰਗਰ ਛਕਦੇ, ਮੰਜੀ ਸਾਹਿਬ ਨੂੰ ਛੱਡ ਕੇ ਜਿੱਥੇ ਵੀ ਕਿਤੇ ਹੋਰ ਹੈ ਇਹ, ਉਹ ਵੀ ਗੁਰਦੁਆਰਾ ਸਾਹਿਬ ਦੇ ਜਿੱਥੇ ਕਿਤੇ ਹੋਰ ਵੀ ਇਸ ਤਰ੍ਹਾਂ ਦੀ ਉਲੰਘਣਾ ਹੁੰਦੀ ਹੈ ਗੁਰੂ ਸਾਹਿਬ ਦੇ ਸਿਧਾਂਤਾਂ ਦੀ, ਉੱਥੇ ਫੌਰਨ ਐਕਸ਼ਨ ਲਿਆ ਜਾਵੇ, ਨੋਟਿਸ ਦਿੱਤਾ ਜਾਵੇ ਉਹਨਾਂ ਨੂੰ, ਤਾਂ ਜੋ ਸਿੱਖ ਕੌਮ ਜਿਹੜੀ ਅੱਜ ਦਿਸ਼ਾ ਚਾਹੁੰਦੀ ਹੈ ਕਿ ਚੰਗੀ ਦਿਸ਼ਾ ਉਸਨੂੰ ਦਿਸ਼ਾ ਮਿਲ ਸਕੇ ਅਤੇ ਨੌਜਵਾਨ ਹੈ ਜਿਹੜੇ ਇਸ ਕੌਮ ਦੇ ਉਹ ਸਿਧਾਂਤਾਂ 'ਤੇ ਕਾਇਮ ਰਹਿ ਸਕਣ ਅਤੇ ਸਾਡੀ ਜਿਹੜੀ ਸਿੱਖੀ ਹੈ ਉਸਨੂੰ ਬਚਾਇਆ ਜਾ ਸਕੇ ਅਤੇ ਪ੍ਰਫੁੱਲਿਤ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਧਰ ਜਦੋਂ SGPC ਮੈਂਬਰ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਘੁਵੀਰ ਸਿੰਘ ਚਾਹਨ ਮਾਜਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਸਪੈਸ਼ਲ ਨਹੀਂ ਹੈਗਾ, ਜਿਹੜਾ ਚਾਹ ਪਾਣੀ ਬਣਦਾ ਇੱਥੇ ਉਹ ਲੰਗਰ 'ਚ ਸਾਰੇ ਪ੍ਰਸ਼ਾਦਾ ਛਕਦੇ ਨੇ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਜਿਹੜਾ ਦੇਖਣ ਦੇ ਵਿੱਚ ਮੇਰੇ ਕੋਲ ਵੀਡੀਓ ਵੀ ਹੈਗੀ ਆ ਵੀ ਚਾਹ ਪਕੌੜੇ, ਚਲ ਹੋਣਗੇ ਤੁਹਾਡੇ ਕੋਲ, ਮੈਨੂੰ ਮੈਂ ਨਹੀਂ ਕਹਿ ਸਕਦਾ। ਚਲੋ ਵੈਸੇ ਵੀ ਇੱਥੇ ਤਾਂ ਖੀਰ ਵੀ ਬਣਦੀ ਰਹਿੰਦੀ ਆ, ਲੰਗਰ 'ਚ ਸਾਰਾ ਹੈ, ਇੱਕ ਚੀਜ਼ ਮਿੱਠੀ ਦੋ ਦਿਨ ਬਣਦੀ ਬਣਦੀ ਆ। ਲੰਗਰ ਤੋਂ ਬਾਅਦ ਦੀ ਗੱਲ ਕਰ ਰਿਹਾ, ਚਲੋ ਬਾਅਦ ਪਕੌੜੇ ਹੋ ਸਕਦਾ ਕਿਸੇ ਨੇ ਬਣਾ ਤੇ ਹੋਣ, ਮੈਨੂੰ ਨਹੀਂ ਇਸ ਬਾਰੇ ਜਾਣਕਾਰੀ ਨਹੀਂ।